जुग हो जुग अटल, दीन दुनिंदे वाली, हालत पालत दे रखियक। साहिब सतगुरु श्री गुरु ग्रंथ साहिब सच्चे पातशाह जी, सतगुरां दे पावन दरबार अंदर सुभाए मान सज बैठी समूह सत्संग जीओ, ਬੜੇ ਪਿਆਰ ਸਤਿਕਾਰ ਸਹਿਤ ਆਪ ਜੀ ਸਤਿਗੁਰਾਂ ਦੇ ਪਵਿੱਤਰ ਦਰਬਾਰ ਵਿੱਚ ਸਜੇ ਹੋ। ਸਤਿਗੁਰਾਂ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪ ਜੀਆਂ ਨੇ ਬੜੇ ਪਿਆਰ ਦੇ ਨਾਲ ਇਹਨਾਂ ਸਵਾਸਾਂ ਨੂੰ ਸਫਲ ਬਣਾਇਆ, ਗੁਰਬਾਣੀ ਦੇ ਕੀਰਤਨ ਦਾ ਆਨੰਦ ਵੀ ਮਾਣਿਆ। ਆਓ ਹੁਣ ਅਸੀਂ ਹਰ ਰੋਜ਼ ਦੀ ਤਰ੍ਹਾਂ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰਨਾ ਹੈ। ਸ਼ਬਦ ਦਾ ਪਾਠ ਆਪ ਜੀ ਨੇ ਸੁਣ ਲਿਆ ਹੈ। ਇਹ ਸ਼ਬਦ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ 385 'ਤੇ ਦਰਜ ਹੈ ਜੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ। ਅੱਜ ਇਹਨਾਂ ਪਵਿੱਤਰ ਅੰਮ੍ਰਿਤ ਬਚਨਾਂ ਨੂੰ ਜਿੰਨੀ ਕੁ ਸਤਿਗੁਰੂ ਜੀ ਸਮਰੱਥਾ ਬਖਸ਼ਿਸ਼ ਕਰਨਗੇ ਵਿਚਾਰਨ ਦਾ ਯਤਨ ਕਰਾਂਗੇ। ਸੋ ਆਓ ਆਪ ਜੀ ਜਿਤਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਸਤਿਗੁਰਾਂ ਦੇ ਚਰਨਾਂ ਵਿੱਚ ਝੁਕਾਈਏ ਸੀਸ, ਰਸਨਾ ਨੂੰ ਕਰੋ ਪਵਿੱਤਰ ਬੜੇ ਪਿਆਰ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਗੁਰੂ ਸਾਹਿਬ ਜੀਓ। ਫਿਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ। ਆਸਾ ਮਹੱਲਾ ਪੰਜਵਾਂ, ਰਾਗ ਆਸਾ ਦੇ ਅੰਦਰ ਪੰਚਮ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ 'ਚੋਂ ਇਹ ਉਚਾਰਨ ਕਰ ਰਹੇ ਨੇ। ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ ਉਹਨੂੰ ਬਿਆਨ ਕਰਨ ਦਾ ਯਤਨ ਕੀਤਾ। ਸਤਿਗੁਰੂ ਫਰਮਾਉਂਦੇ ਆ, ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਸਤਿਗੁਰੂ ਜੀ ਕਹਿਣ ਲੱਗੇ, ਹੇ ਪ੍ਰਭੂ ਜੀ, ਜਦੋਂ ਦਾ ਤੁਹਾਡੇ ਨਾਮ ਨੂੰ ਜਪਣਾ ਸ਼ੁਰੂ ਕੀਤਾ ਨਾ, ਇਸ ਨਾਮ ਨੇ ਇੰਨਾ ਕੁ ਅੰਦਰ ਆਨੰਦ ਸੁੱਖ ਭਰ ਦਿੱਤਾ। ਮੈਨੂੰ ਇੰਜ ਪ੍ਰਤੀਤ ਹੁੰਦਾ ਵੀ ਜਿਵੇਂ ਕੋਈ ਬਾਦਸ਼ਾਹ, ਕੋਈ ਵੱਡਾ ਰਾਜਾ, ਕੋਈ ਵੱਡਾ ਮਹਾਰਾਜਾ, ਉਹ ਆਪਣੇ ਮਹੱਲਾਂ ਵਿੱਚ ਬੈਠ ਕੇ ਦੁਨੀਆਂ ਦੇ ਸਾਰੇ ਸੁੱਖਾਂ ਨੂੰ ਮਾਣਦਾ ਹੁੰਦਾ ਹੈ ਨਾ,
ਉਹਦੇ ਕੋਲ ਕੋਈ ਕਮੀ ਨਹੀਂ ਹੁੰਦੀ, ਉਹਦੇ ਕੋਲ ਸਾਰੀਆਂ ਸਹੂਲਤਾਂ ਹੁੰਦੀਆਂ ਨੇ, ਸਾਰੇ ਸੁੱਖ ਮੌਜੂਦ ਹੁੰਦੇ ਆ। ਉਹ ਪੂਰੇ ਰਸ ਮਾਣਦਾ ਹੁੰਦਾ, ਰਾਜ ਭਾਗ ਨੂੰ ਚੰਗੀ ਤਰ੍ਹਾਂ ਉਹ ਮਾਣਦਾ ਹੁੰਦਾ, ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ, ਕੋਈ ਊਣਤਾਈ ਨਹੀਂ, ਸਾਰਾ ਸੁੱਖ ਉਹਦੇ ਕੋਲ ਹੁੰਦਾ। ਮੈਨੂੰ ਇੰਜ ਲੱਗਦਾ ਮਹਾਰਾਜ ਕਿ ਜਿੱਦਣ ਦਾ ਤੁਹਾਡਾ ਨਾਮ ਮੇਰੇ ਹਿਰਦੇ ਵਿੱਚ ਵੱਸ ਗਿਆ ਨਾ, ਮੈਂ ਸੋਚਦਾ ਵੀ ਉਸ ਰਾਜ ਭਾਗ ਦਾ ਸੁੱਖ ਵੀ ਇਸ ਸੁੱਖ ਦੇ ਸਾਹਮਣੇ ਕੁਝ ਨਹੀਂ ਹੈ। ਮੈਨੂੰ ਇੰਜ ਲੱਗਦਾ ਭਾਵੇਂ ਮੈਂ ਬੈਠਾ ਕੱਖਾਂ ਦੀ ਕੁੱਲੀ ਵਿੱਚ ਹੋਵਾਂ, ਇੰਜ ਲੱਗਦਾ ਜਿਵੇਂ ਮੈਂ ਸੋਨੇ ਦੇ ਮਹੱਲ ਵਿੱਚ ਬੈਠਾ ਹੋਵਾਂ। ਖਾਣ ਵਾਸਤੇ ਭਾਵੇਂ ਇੱਕ ਵਕਤ ਦਾ ਪ੍ਰਸ਼ਾਦਾ ਕੋਲ ਹੈ, ਪਰ ਇੰਜ ਲੱਗਦਾ ਜਿਵੇਂ ਰਾਜੇ ਮਹਾਰਾਜਿਆਂ ਦੇ ਵਾਂਗ 36 ਪ੍ਰਕਾਰ ਦੇ ਭੋਜਨ ਛਕਦਾ ਹੋਵਾਂ। ਭਾਵ ਜਿਹੜੀ ਰਾਜ ਲੀਲਾ ਹੈ, ਜੋ ਰਾਜ ਭਾਗ ਦਾ ਸੁੱਖ ਹੈ, ਜੋ ਰਾਜੇ ਮਹਾਰਾਜੇ ਲੀਲਾਵਾਂ ਕਰਦੇ ਆ, ਮੈਨੂੰ ਸਾਰਾ ਕੁਝ ਤੁਹਾਡਾ ਨਾਮ ਜਪ ਕੇ ਉਹ ਆਨੰਦ, ਉਹ ਸੁੱਖ ਸਾਰਾ ਉਵੇਂ ਮਿਲੀ ਜਾਂਦਾ ਹੈ। ਰਾਜ ਲੀਲਾ ਤੇਰਾ ਨਾਮ ਬਣਾਈ ਕਿ ਰਾਜ ਭਾਗ ਦਾ ਸਾਰਾ ਸੁੱਖ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਨਾਮ ਵਿੱਚੋਂ ਮਿਲ ਗਿਆ ਹੈ, ਕਿਉਂਕਿ ਜਿੱਥੇ ਨਾਮ ਦਾ ਸੁੱਖ ਹੈ ਉਸ ਸੁੱਖ ਦੇ ਸਾਹਮਣੇ ਰਾਜ ਭਾਗ ਦਾ ਸੁੱਖ ਵੀ ਜ਼ਿਆਦਾ ਕੀਮਤ ਨਹੀਂ ਰੱਖਦਾ। ਹੁਣ ਜੇ ਇਕੱਲਾ ਰਾਜ ਭਾਗ ਦਾ ਸੁੱਖ ਹੋਵੇ ਨਾ ਜੀ, ਸਾਧਸੰਗਤ ਉਹ ਸੁੱਖ ਦੁਨਿਆਵੀ ਹੈ, ਬਾਹਰੀ ਹੈ, ਪਰ ਜਿਹੜਾ ਨਾਮ ਦਾ ਸੁੱਖ ਹੈ ਇਹ ਸੁੱਖ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਨੂੰ ਆਨੰਦ ਨਾਲ ਭਰਦਾ। ਅਤੇ ਜਿਸ ਮਨੁੱਖ ਨੂੰ ਅੰਦਰ ਦਾ ਆਨੰਦ ਮਿਲਿਆ ਹੋਵੇ ਨਾ ਜੀ ਸਾਧ ਸੰਗਤ, ਉਹ ਬਾਹਰੋਂ ਵੀ ਆਨੰਦ ਨੂੰ ਹੀ ਮਾਣਦਾ, ਭਾਵੇਂ ਉਹਦੇ ਕੋਲ ਸਹੂਲਤਾਂ ਘੱਟ ਮੌਜੂਦ ਹੋਣ, ਪਰ ਉਹਨੂੰ ਇੰਜ ਹੀ ਲੱਗਦਾ ਵੀ ਮੇਰੇ ਸਾਹਮਣੇ ਆ ਰਾਜੇ ਮਹਾਰਾਜੇ ਕੁਝ ਵੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਰਾਜ ਲੀਲਾ ਤੇਰਾ ਨਾਮ ਬਣਾਈ, ਸਭ ਕੁਝ ਜੋ ਰਾਜੇ ਮਹਾਰਾਜੇ ਮਾਣਦੇ ਹੁੰਦੇ ਆ, ਪਰ ਹਾਂ ਇੱਕ ਹੋਰ ਬਾਤ ਹੈ, ਰਾਜ ਭਾਗ ਦਾ ਸੁੱਖ ਅਤੇ ਨਾਮ ਜਪਣ ਵਾਲਿਆਂ ਦੇ ਸੁੱਖ ਦੇ ਸਾਹਮਣੇ ਕੁਝ ਨਹੀਂ। ਇੱਕ ਹੋਰ ਚੀਜ਼ ਹੈ ਜੋ ਨਾਮ ਜਪਣ ਵਾਲੇ ਕੋਲ ਹੁੰਦੀ ਹੈ ਪਰ ਵੱਡੇ ਵੱਡੇ ਬਾਦਸ਼ਾਹਾਂ ਕੋਲ ਨਹੀਂ ਹੁੰਦੀ, ਉਹ ਚੀਜ਼ ਹੈ ਬੇਪਰਵਾਹੀ। ਬੇਪਰਵਾਹੀ ਹਮੇਸ਼ਾ ਨਾਮ ਦੇ ਰੰਗ ਵਿੱਚ ਰੰਗੇ ਹੋਏ ਉਸ ਰੰਗ ਰਤੀਆਂ ਰੂਹਾਂ ਕੋਲ ਹੁੰਦੀ ਹੈ, ਕਿਉਂਕਿ ਰਾਜੇ ਮਹਾਰਾਜੇ ਹਮੇਸ਼ਾ ਬੇਪਰਵਾਹ ਨਹੀਂ ਰਹਿੰਦੇ, ਉਹ ਹਮੇਸ਼ਾ ਕਿਸੇ ਨਾ ਕਿਸੇ ਚਿੰਤਾ ਵਿੱਚ, ਕਿਸੇ ਨਾ ਕਿਸੇ ਝੋਰੇ ਵਿੱਚ ਹੀ ਹੁੰਦੇ ਆ। ਪਰ ਪਰਮਾਤਮਾ ਦਾ ਨਾਮ ਜਪਣ ਵਾਲੇ ਹਮੇਸ਼ਾ ਪਰਮਾਤਮਾ ਦੀ ਯਾਦ ਵਿੱਚ ਬੇਪਰਵਾਹ ਦੀ ਜ਼ਿੰਦਗੀ ਬਤੀਤ ਕਰਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਉਹ ਜਿੱਥੇ ਬੈਠੇ ਹੁੰਦੇ ਉਹਨਾਂ ਨੂੰ ਇਹ ਨਹੀਂ ਹੈ ਵੀ ਇਹ ਥਾਂ ਸਾਡੇ ਕੋਲ ਕੋਈ ਖੋ ਲਏਗਾ। ਰਾਜਿਆਂ ਨੂੰ ਡਰ ਹੁੰਦਾ ਕਿਤੇ ਕੋਈ ਹੋਰ ਰਾਜਾ ਸਾਡੇ 'ਤੇ ਹਮਲਾ ਕਰਕੇ ਸਾਡਾ ਰਾਜ ਭਾਗੀ ਨਾ ਖੋ ਲਏ। ਉਹ ਵੱਡੀਆਂ ਵੱਡੀਆਂ ਦੀਵਾਰਾਂ ਬਣਾਉਂਦੇ ਆ ਕਿ ਅਸੀਂ ਆਪਣੇ ਦੁਸ਼ਮਣਾਂ ਤੋਂ ਸੁਰੱਖਿਅਤ ਰਹਿ ਸਕੀਏ, ਕੋਈ ਰਾਜ ਭਾਗ ਦਾ ਕੋਈ ਸਾਡੇ ਕੋਲ ਸੁੱਖ ਨਾ ਖੋ ਲਵੇ। ਉਹਨਾਂ ਨੂੰ ਡਰ ਰਹਿੰਦਾ ਹਮੇਸ਼ਾ, ਉਹਨਾਂ ਕੋਲ ਬੇਪਰਵਾਹੀ ਨਹੀਂ ਹੈ। ਬੇਪਰਵਾਹੀ ਹਮੇਸ਼ਾ ਹੁੰਦੀ ਹੈ ਜੀ,
ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਿਆ ਗੁਣ, ਕਿਉਂਕਿ ਇੱਕ ਸ਼ਬਦ ਹੈ ਲਾਪਰਵਾਹ ਅਤੇ ਬੇਪਰਵਾਹ, ਦੋਵਾਂ ਵਿੱਚ ਫਰਕ ਹੈ। ਲਾਪਰਵਾਹੀ ਕਮੀ ਹੈ, ਬੇਪਰਵਾਹੀ ਇੱਕ ਬਹੁਤ ਵੱਡਾ ਗੁਣ ਹੈ। ਲਾਪਰਵਾਹੀ ਤੁਹਾਨੂੰ ਕਮਜ਼ੋਰ ਬਣਾਉਂਦੀ ਹੈ, ਅਤੇ ਜਿਹੜਾ ਇਨਸਾਨ, ਉਹ ਚਾਹੇ ਦੁਨਿਆਵੀ ਤੁਸੀਂ ਗੱਲ ਕਰੋ ਚਾਹੇ ਰੂਹਾਨੀਅਤ ਦੀ ਗੱਲ ਕਰੋ, ਲਾਪਰਵਾਹ ਇਨਸਾਨ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ, ਨਾ ਰੂਹਾਨੀਅਤ ਵਾਲੇ ਪਾਸੇ ਅਤੇ ਨਾ ਹੀ ਸੰਸਾਰ ਵਾਲੇ ਪਾਸੇ। ਪਰ ਜਿਹੜਾ ਬੇਪਰਵਾਹ ਹੈ, ਬੇਪਰਵਾਹੀ ਆਉਂਦੀ ਹੀ ਉਦੋਂ ਹੈ ਜਦੋਂ ਤੁਸੀਂ ਰੂਹਾਨੀਅਤ ਵਿੱਚ ਕਾਮਯਾਬ ਹੁੰਦੇ ਹੋ। ਕਾਮਯਾਬੀ ਤੋਂ ਬਗੈਰ ਬੇਪਰਵਾਹੀ ਨਹੀਂ ਆ ਸਕਦੀ। ਜਿੰਨੇ ਵੀ ਸਾਧੂ ਸੰਤ ਮਹਾਤਮਾ ਹੋਏ, ਜੋ ਅੰਦਰੋਂ ਅਤੇ ਬਾਹਰੋਂ ਇੱਕ ਸਨ, ਜੋ ਪਰਮਾਤਮਾ ਦੇ ਨਾਮ ਵਿੱਚ ਰੰਗੀਆਂ ਰੂਹਾਂ, ਉਹਨਾਂ ਕੋਲ ਬੇਪਰਵਾਹੀ ਸੀ। ਵੱਡੇ ਵੱਡੇ ਰਾਜੇ ਮਹਾਰਾਜਾਂ ਦੀ ਪਰਵਾਹ ਨਹੀਂ ਸੀ ਕਰਦੇ। ਉਹ ਆਖਦੇ ਸਨ, ਅਸੀਂ ਉਸ ਪਰਮਾਤਮਾ ਨੂੰ ਆਰਾਧਦੇ ਹਾਂ ਜਿਹੜਾ ਇਹਨਾਂ ਨੂੰ ਰਾਜ ਭਾਗ ਦੇਣ ਵਾਲਾ ਹੈ। ਅਸੀਂ ਤਾਂ ਉਸ ਪਰਮਾਤਮਾ ਦੇ ਚਾਕਰ ਹਾਂ, ਅਸੀਂ ਕਿਸੇ ਰਾਜੇ ਮਹਾਰਾਜੇ, ਕਿਸੇ ਬਾਦਸ਼ਾਹ, ਕਿਸੇ ਸ਼ਹਿਨਸ਼ਾਹ ਦੇ ਗੁਲਾਮ ਨਹੀਂ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਉਹ ਗੱਲ ਕੇ ਵੀ ਰਾਜ ਲੀਲਾ ਤੇਰੇ ਨਾਮ ਬਣਾਈ। ਸਤਿਗੁਰ ਜੀ, ਤੁਹਾਡਾ ਨਾਮ ਜਦੋਂ ਦਾ ਜਪਿਆ ਉਹ ਹਿਰਦੇ ਵਿੱਚ ਵਸਿਆ, ਮੈਨੂੰ ਇੰਝ ਲੱਗਦਾ ਜਿਵੇਂ ਮੈਂ ਰਾਜ ਭਾਗ ਦਾ ਸੁੱਖ ਪਿਆ ਮਾਣਦਾ ਹੋਵਾਂ। ਮਹਾਰਾਜ ਫਿਰ ਅੱਗੇ ਕਹਿੰਦੇ ਆ, ਜੋਗ ਬਣਿਆ ਤੇਰਾ ਕੀਰਤਨ ਗਾਈ। ਜਿਹੜਾ ਯੋਗ ਸਿੱਧਾਂ ਨੇ ਭੋਗਿਆ, ਉਹਨਾਂ ਨੇ ਕਈ ਕਈ ਸਾਲ ਤਪ ਕਰਕੇ ਯੋਗ ਸਾਧਨਾ ਕੀਤੀ ਅਤੇ ਯੋਗੀ ਕਹਿਲਾਏ। ਮਹਾਰਾਜ ਕਹਿਣ ਲੱਗੇ, ਸਤਿਗੁਰੂ ਜੀ ਮੈਨੂੰ ਉਹ ਯੋਗ ਨਾ ਤੁਹਾਡਾ ਕੀਰਤਨ ਕਰਕੇ ਤੁਹਾਡੇ ਗੁਣ ਗਾ ਕੇ ਮਿਲ ਗਿਆ। ਯੋਗ ਬਣਿਆ ਤੇਰਾ ਕੀਰਤਨ ਗਾਈ। ਸਤਿਗੁਰੂ ਜੀ ਜਿਹੜਾ ਯੋਗ, ਹੁਣ ਯੋਗ ਦਾ ਅਰਥ ਇੱਥੇ ਜੋੜ ਵੀ ਹੈ, ਆਤਮਾ ਅਤੇ ਪਰਮਾਤਮਾ ਦਾ ਯੋਗ ਹੈ। ਯੋਗੀ ਤਪ ਕਰਦੇ ਸਨ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਅਧੂਰੇ ਰਹਿੰਦੇ ਸਨ। ਹਾਂ, ਰਿੱਧੀਆਂ ਸਿੱਧੀਆਂ ਆ ਗਈਆਂ, ਕਰਾਮਾਤਾਂ ਆ ਗਈਆਂ, ਸਭ ਕੁਝ ਉਹਨਾਂ ਕੋਲ ਆ ਗਿਆ, ਪਰ ਸਾਧ ਸੰਗਤ ਜੀ ਉਹ ਪੂਰੇ ਨਹੀਂ ਹੋ ਸਕੇ ਕਦੀ ਵੀ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਆ ਕਿ ਜਿਹੜਾ ਉਹ ਯੋਗ ਹੈ, ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲਾ ਨਾ, ਉਹ ਸਾਰਾ ਕੁਝ ਤੇ ਪਰਮਾਤਮਾ ਤੇਰਾ ਕੀਰਤਨ ਕਰਕੇ ਮੈਨੂੰ ਮਿਲੀ ਜਾਂਦਾ। ਅਤੇ ਇਕੱਲੀਆਂ ਰਿੱਧੀਆਂ ਸਿੱਧੀਆਂ ਨਹੀਂ ਮਿਲੀਆਂ, ਮੇਰੀ ਆਤਮਾ ਦਾ ਤੇਰੇ ਨਾਲ ਮਿਲਾਪ ਵੀ ਹੋ ਗਿਆ, ਯੋਗ ਵੀ ਬਣ ਗਿਆ, ਅਤੇ ਸਭ ਕੁਝ ਬਣਿਆ ਤੇਰਾ ਕੀਰਤਨ ਗਾ ਕੇ। ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਫਿਰ ਕਹਿੰਦੇ ਆ, ਸਰਬ ਸੁਖਾਂ ਬਣੇ ਤੇਰੇ ਓਲੇ, ਭਰਮ ਕੇ ਪਰਦੇ ਸਤਿਗੁਰ ਖੋਲੇ ਰਹਾਉ। ਸਤਿਗੁਰ ਜੀ ਸਰਬ ਸੁਖਾ, ਸਰਬ ਸੁੱਖ ਵਿੱਚ ਕੋਈ ਸੁੱਖ ਨਹੀਂ ਰਹਿ ਜਾਂਦਾ। ਜੇ ਸਤਿਗੁਰ ਸਾਨੂੰ ਆਖਦੇ ਵੀ ਸਰਬ ਸੁਖਾਂ ਕੇ ਦਾਤੇ ਸਤਿਗੁਰ ਤਾਂ ਕੀ ਸਰਨੀ ਫਰੀ ਹੈ, ਕਿ ਜਿਹੜਾ ਸਰਬ ਸੁਖਾਂ ਦਾ ਦਾਤਾ ਹੈ ਉਹ ਅਕਾਲ ਪੁਰਖ ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ,
ਜਦੋਂ ਸਿੱਖ ਐਸੇ ਸਰਬ ਸੁੱਖਾਂ ਦੇ ਦਾਤੇ ਸਤਿਗੁਰ ਦੇ ਚਰਨਾਂ ਵਿੱਚ ਆ ਜਾਂਦਾ ਅਤੇ ਜਦੋਂ ਉਸ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਆਪਣੇ ਜੀਵਨ ਵਿੱਚ ਬਣਾ ਲੈਂਦਾ ਹੈ, ਜਿਹੜਾ ਸ਼ਬਦ ਵਰਤਿਆ ਨਾ ਓਲੇ, ਇਹਦਾ ਅਰਥ ਹੈ ਜੀ ਆਸਰਾ, ਸਹਾਰਾ। ਜਿਵੇਂ ਮਹਾਰਾਜ ਇੱਕ ਸ਼ਬਦ ਹੋਰ ਵਰਤਦੇ ਆ, ਜੀਰੇ ਓਲਾ ਨਾਮ ਕਾ। ਹੁਣ ਉੱਥੇ ਵੀ ਓਲਾ ਦਾ ਅਰਥ ਹੈ ਸਹਾਰਾ, ਕਿ ਸਤਿਗੁਰ ਜੀ ਮੈਨੂੰ ਤੁਹਾਡੇ ਨਾਮ ਦਾ ਸਹਾਰਾ ਹੈ, ਤੁਹਾਡੇ ਨਾਮ ਦੀ ਟੇਕ ਹੈ ਮੈਨੂੰ ਆਪਣੇ ਜੀਵਨ ਦੇ ਅੰਦਰ। ਇੱਥੇ ਆਖਦਾ ਜਦੋਂ ਦਾ ਤੁਹਾਡੇ ਨਾਮ ਦਾ ਸਹਾਰਾ ਧੱਕਿਆ ਨਾ ਮੈਂ, ਮੇਰੇ ਜੀਵਨ ਵਿੱਚ ਸਾਰੇ ਸੁੱਖ ਆ ਗਏ ਆ। ਅਤੇ ਕਿਉਂਕਿ ਨਾਮ ਜਪਣ ਵਾਲਾ, ਵੇਖੋ ਜਿਹਦੇ ਜੀਵਨ ਵਿੱਚ ਨਾਮ ਜਪ ਕੇ ਰਾਜ ਯੋਗ ਬਣਿਆ, ਨਾਮ ਜਪ ਕੇ ਉਹ ਯੋਗੀਆਂ ਵਾਲਾ ਅਵਸਥਾ ਪ੍ਰਾਪਤ ਕਰਦਾ, ਉਸੇ ਨਾਮ ਦੀ ਟੇਕ ਲੈ ਕੇ, ਉਸੇ ਨਾਮ ਦਾ ਸਹਾਰਾ ਲੈ ਕੇ ਉਹਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੁੰਦੀ। ਸਤਿਗੁਰ ਫਿਰ ਅੱਗੇ ਆਖਦੇ ਆ, ਇਕੱਲੇ ਸਰਬ ਸੁੱਖ ਨਹੀਂ, ਕਿਉਂਕਿ ਜੇ ਮੰਨ ਲਓ ਸਰਬ ਸੁੱਖ ਵੀ ਹੋਣ ਨਾ, ਵੀ ਸਭ ਕੁਝ ਹੋਵੇ, ਪਰ ਜੇ ਕਿਤੇ ਫਿਰ ਵੀ ਮਨ ਵਿੱਚ ਕਿਤੇ ਨਾ ਕਿਤੇ ਕੋਈ ਭਰਮ, ਕੋਈ ਭੁਲੇਖਾ, ਕੋਈ ਦੁਬਧਾ ਆ ਜਾਵੇ ਨਾ ਜੀ, ਮਨੁੱਖ ਫਿਰ ਵੀ ਕਿਤਾ ਨਾ ਕਿਤੇ ਚਾਂਸ ਹੁੰਦਿਆਂ ਵੀ ਬੰਦਾ ਡੋਲ ਜਾਏਗਾ। ਜਦੋਂ ਥੋੜ੍ਹੇ ਜਿਹੇ ਭਰਮ ਆਉਣੇ ਸ਼ੁਰੂ ਹੋ ਜਾਣ, ਕੋਈ ਭੁਲੇਖਾ ਪੈਣਾ ਸ਼ੁਰੂ ਹੋ ਜਾਏ ਨਾ, ਲੱਗਦਾ ਵੀ ਕਿਤੇ ਥਿੜਕ ਨਾ ਜਾਈਏ, ਕਿਤੇ ਡੋਲ ਨਾ ਜਾਈਏ, ਕਿਤੇ ਇਸ ਰਾਹ ਤੋਂ ਆਸੇ ਪਾਸੇ ਕੁਰਾਹੇ ਨਾ ਚਲੇ ਜਾਈਏ। ਮਹਾਰਾਜ ਆਖਦੇ ਆ, ਸਤਿਗੁਰ ਜੀ ਤੁਸੀਂ ਸਰਬ ਸੁੱਖ ਅਤੇ ਮੈਨੂੰ ਬਖਸ਼ੀ ਦਿੱਤੇ ਆ ਨਾ, ਨਾਮ ਦੀ ਟੇਕ ਜਦੋਂ ਦੀ ਲਈ ਹੈ, ਪਰ ਇੱਕ ਮੇਰੇ 'ਤੇ ਵੱਡੀ ਕਿਰਪਾ ਤੁਸੀਂ ਹੋਰ ਕਰ ਦਿੱਤੀ, ਜਿਹੜੇ ਮੇਰੇ ਜੀਵਨ ਦੇ ਅੰਦਰ ਭਰਮ ਭੁਲੇਖਿਆਂ ਦੇ ਪੜਦੇ ਸਨ ਨਾ ਜੀ, ਤੁਸੀਂ ਉਹ ਵੀ ਸਾਰੇ ਖੋਲ੍ਹ ਕੇ ਰੱਖ ਦਿੱਤੇ ਆ। ਬਚਨ ਕਹਿ ਦਿੱਤਾ, ਸਰਬ ਸੁਖਾ ਬਣੇ ਤੇਰੇ ਓਲੇ ਭਰਮ ਕੇ ਪਰਦੇ, ਸਤਿਗੁਰ ਖੋਲੇ। ਕਿਉਂਕਿ ਸਤਿਗੁਰੂ ਜਦੋਂ ਆਪਣੇ ਸਿੱਖ 'ਤੇ ਰਹਿਮਤ ਕਰਦਾ, ਉਹਨੂੰ ਅਧੂਰਾ ਨਹੀਂ ਛੱਡਦਾ, ਆਪਣੇ ਸਿੱਖ ਨੂੰ ਪੂਰਾ ਹੀ ਕਰ ਦਿੰਦਾ ਹੈ, ਉਹਦੇ ਜੀਵਨ 'ਚੋਂ ਸਾਰੇ ਭਰਮ ਭੁਲੇਖੇ, ਹਰ ਤਰ੍ਹਾਂ ਦੀਆਂ ਦੁਬਦਾਵਾਂ, ਹਰ ਤਰ੍ਹਾਂ ਦੇ ਸ਼ੰਕੇ ਮਿਟਾ ਦਿੰਦਾ। ਅਤੇ ਸਤਸੰਗਤ ਜੀ, ਸਤਿਗੁਰ 'ਤੇ ਹੁੰਦਾ ਹੀ ਉਹ ਹੈ ਜਿਹੜਾ ਆਪਣੇ ਸਿੱਖ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦੇ ਕੋਈ ਦੁਬਧਾ ਨੂੰ ਰਹਿਣ ਹੀ ਨਾ ਦੇਵੇ। ਜੇ ਮਨ ਵਿੱਚ ਕਿਤੇ ਨਾ ਕਿਤੇ ਸ਼ੰਕਾ ਬਣਿਆ ਰਿਹਾ, ਮਨ ਵਿੱਚ ਕਿਤੇ ਨਾ ਕਿਤੇ ਦੁਬਧਾ ਬਣੀ ਨਹੀਂ, ਤੁਸੀਂ ਸੋਚੋ ਫਿਰ ਉਸ ਦੁਬਧਾ ਦਾ ਲਾਭ ਕੀ ਹੈ? ਫਿਰ ਐਸੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਲਾਭ ਕੀ ਹੋਇਆ? ਜੇ ਮਨ ਵਿੱਚ ਦੁਬਧਾ ਹੀ ਬਣੀ ਰਹਿਣੀ ਹੈ। ਮੇਰੇ ਸੱਚੇ ਪਾਤਸ਼ਾਹ ਜੀ ਨੇ ਅੱਜ ਬਚਨ ਕਿਹਾ ਕਿ ਇੱਕ ਤਾਂ ਨਾਮ ਜਪ ਕੇ ਮੈਨੂੰ ਰਾਜ ਭਾਗ ਵਰਗਾ ਸੁੱਖ ਮਿਲ ਗਿਆ। ਹੁਣ ਦੇਖੋ ਫਰਕ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰਾਜ ਯੋਗ ਵੀ ਦਿੱਤਾ ਸੀ ਅਤੇ ਸਾਨੂੰ ਪਰਮਾਤਮਾ ਨੇ ਰੂਹਾਨੀਅਤ ਦਾ ਆਨੰਦ ਵੀ ਬਖਸ਼ਿਆ ਸੀ। ਜੇ ਸਿੱਧੇ ਜੇ ਸ਼ਬਦਾਂ ਵਿੱਚ ਕਹਾਂ, ਸਾਨੂੰ ਰਾਜੇ ਵੀ ਬਣਾਇਆ ਅਤੇ ਸਾਨੂੰ ਯੋਗੀ ਵੀ ਬਣਾਇਆ, ਸਾਨੂੰ ਦੁਨਿਆਵੀ ਸੁੱਖ ਵੀ ਦਿੱਤੇ, ਬੇਸ਼ੁਮਾਰ ਸੁੱਖ ਦਿੱਤੇ ਨਾ। ਗੁਰੂ ਸਾਹਿਬ ਨੇ ਕਿਤੇ ਨਹੀਂ ਆਖਿਆ
ਕਿ ਮੈਂ ਚਾਹੁੰਦਾ ਮੇਰਾ ਸਿੱਖ ਭੁੱਖਾ ਮਰੇ, ਮੈਂ ਚਾਹੁੰਦਾ ਮੇਰੇ ਸਿੱਖ ਕੋਲ ਕੋਈ ਕੱਪੜੇ ਨਾ ਹੋਣ। ਮਹਾਰਾਜ ਆਖਦਿਆ ਨਹੀਂ, ਮੈਂ ਚਾਹੁੰਦਾ ਮੇਰੇ ਸਿੱਖ ਕੋਲ ਦੁਨੀਆਂ ਦੇ ਸਾਰੇ ਸੁੱਖ ਮੌਜੂਦ ਹੋਣ, ਉਹ ਸੋਹਣੇ ਘਰਾਂ ਵਿੱਚ ਰਹੇ, ਉਹਦੇ ਕੋਲ 36 ਪ੍ਰਕਾਰ ਦੇ ਭੋਜਨ ਹੋਣ, ਉਹ ਵਧੀਆ ਕੱਪੜਿਆਂ ਨੂੰ ਪਹਿਨਦਾ ਹੋਵੇ, ਦੁਨੀਆਂ ਦੀਆਂ ਸਾਰੀਆਂ ਸਹੂਲਤਾਂ ਉਹਦੇ ਕੋਲ ਮੌਜੂਦ ਹੋਣ। ਅਤੇ ਨਾਲ ਮੈਂ ਇਹ ਵੀ ਚਾਹੁੰਦਾ, ਜੇ ਮੇਰਾ ਸਿੱਖ ਰਾਜ ਭਾਗ ਮਾਣਦਾ ਅਤੇ ਨਾਲ ਯੋਗੀ ਵੀ ਹੋਵੇ। ਹੁਣ ਯੋਗ ਕੀ ਹੈ? ਯੋਗ ਹੈ ਉਹ ਨਾਮ ਨਾਲ ਜੁੜਿਆ ਰਹੇ, ਕਿ ਜੇ ਇਕੱਲੀਆਂ ਦੁਨੀਆਂ ਦੀਆਂ ਦਾਤਾਂ ਵਿੱਚ ਨਾ ਉਲਝ ਜਾਵੇ ਉਹ, ਕਿਉਂਕਿ ਭਾਰਤ ਵਿੱਚ ਜੇ ਕੋਈ ਰੱਬ ਨੂੰ ਮਿਲਣਾ ਚਾਹੁੰਦਾ ਸੀ ਤਾਂ ਉਹ ਆਖਦਾ ਸੀ ਵੀ ਘਰ ਬਾਰ ਛੱਡੋ, ਆ ਦੁਨੀਆਂ ਦੇ ਸੁੱਖ ਛੱਡੋ ਤਾਂ ਰੱਬ ਮਿਲਣਾ। ਪਰ ਮੇਰੇ ਮਹਾਰਾਜ ਨੇ ਆਖਿਆ ਨਹੀਂ, ਤੈਨੂੰ ਛੱਡਣ ਦੀ ਕੋਈ ਲੋੜ ਨਹੀਂ ਹੈ, ਤੂੰ ਰਹਿਣਾ ਇਹਦੇ ਵਿੱਚ ਹੀ ਹੈ, ਸੁੱਖ ਮਾਣ, ਜਮ ਜਮ ਮਾਣ, ਬਸ ਪਰਮਾਤਮਾ ਦੇ ਨਾਮ ਨੂੰ ਜਪਣਾ ਨਹੀਂ ਛੱਡਣਾ, ਬਸ ਆਹ ਗੱਲ ਹੈ, ਤੂੰ ਪਰਮਾਤਮਾ ਦੇ ਨਾਮ ਨੂੰ ਨਹੀਂ ਭੁੱਲਣਾ। ਜਿਹੜਾ ਮਹਾਰਾਜ ਜੀ ਕਹਿੰਦੇ ਵੀ ਰਾਜ ਲੀਲਾ ਤੇਰਾ ਨਾਮ ਬਣਾਈ, ਹੁਣ ਇੱਥੇ ਨਾਮ ਵੀ ਨਾਲ ਹੈ ਅਤੇ ਰਾਜ ਭਾਗ ਦਾ ਸੁੱਖ ਵੀ ਨਾਲ ਹੈ, ਇੱਥੇ ਯੋਗ ਵੀ ਨਾਲ ਹੈ ਅਤੇ ਇੱਥੇ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਵੀ ਨਾਲ ਹੈ। ਦੋਵੇਂ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਆਖਦਿਆ ਇਸ ਕਰਕੇ ਸਤਿਗੁਰੂ ਉਹ ਹੈ ਜਿਹੜੇ ਸਾਡੇ ਸਾਰੇ ਭਰਮ ਭੁਲੇਖੇ ਹਰ ਤਰ੍ਹਾਂ ਦੇ ਮਨ ਵਿੱਚੋਂ ਜਿੰਨੇ ਵੀ ਪੜਦੇ ਆ ਉਹਨਾਂ ਨੂੰ ਮਿਟਾ ਕੇ ਰੱਖ ਦਿੰਦਾ, ਰਹਾਓ। ਫਿਰ ਸਤਿਗੁਰ ਅੱਗੇ ਇੱਕ ਬਚਨ ਕਰਦੇ ਆ ਕਿ ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾਂ ਨਿਰਮਾਣੇ। ਕਿ ਜਿਹੜੇ ਮੈਂ ਉੱਪਰ ਰਾਜਯੋਗ ਦੀ ਗੱਲ ਕਰਕੇ ਆਇਆ, ਰਾਜਲੀਲਾ ਦੀ ਗੱਲ ਕੀਤੀ ਹੈ, ਜਿੰਨੇ ਵੀ ਸੰਸਾਰ ਵਿੱਚ ਰੰਗ ਨੇ ਰਸ ਨੇ, ਅਸਲ ਵਿੱਚ ਇਹਨਾਂ ਨੂੰ ਉਹੀ ਮਾਣਦਾ ਜਿਹਨੂੰ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਆ ਗਿਆ। ਹੁਣ ਇੱਥੇ ਹੁਕਮ ਉਹਦੀ ਰਜਾ ਵੀ ਹੈ, ਇੱਥੇ ਹੁਕਮ ਉਹਦਾ ਆਦੇਸ਼ ਵੀ ਹੈ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਵੀ ਜਿਹੜਾ ਮਨੁੱਖ ਪਰਮਾਤਮਾ ਦੀ ਰਜਾ ਵਿੱਚ ਰਹਿੰਦਾ, ਹੁਣ ਰਜਾ ਵਿੱਚ ਰਹਿਣ ਦਾ ਭਾਵ ਇਹ ਹੈ ਕਿ ਜੇ ਸੰਸਾਰ ਦਾ ਸੁੱਖ ਮਿਲਿਆ ਤਾਂ ਵੀ ਖੁਸ਼ ਹੈ, ਅਤੇ ਜੇ ਕਿਤੇ ਕੋਈ ਦੁੱਖ ਮਿਲ ਗਿਆ ਤੇ ਤਾਂ ਵੀ ਖੁਸ਼ ਹੈ। ਆਹ ਹੈ ਉਹਦੀ ਰਜਾ ਵਿੱਚ ਰਹਿਣਾ। ਜੇ ਉਹਨੂੰ ਅੱਜ ਮੰਨ ਲਓ 36 ਪ੍ਰਕਾਰ ਦੇ ਭੋਜਨ ਮਿਲੇ ਆ ਅਤੇ ਕੱਲ੍ਹ ਉਹਨੂੰ ਕਿਤੇ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋਵੇ, ਉਹ ਤਾਂ ਵੀ ਖੁਸ਼ ਹੈ। ਆਹ ਹੈ ਰਜਾ, ਇਹਨੂੰ ਰਜਾ ਕਹਿੰਦੇ, ਇਹਨੂੰ ਕਹਿੰਦੇ ਆ ਹੁਕਮ। ਅਤੇ ਇਸ ਹੁਕਮ ਨੂੰ ਸਾਡੇ ਸਤਿਗੁਰਾਂ ਨੇ ਮਾਣਿਆ। ਸਾਧ ਸੰਗਤ, ਕੱਲ੍ਹ ਮਾਤਾ ਗੁਜਰੀ ਜੀ ਦਾ ਜਨਮ ਦਿਹਾੜਾ ਸੀ ਨਾ ਜੀ, ਅਤੇ ਮੈਂ ਸੋਚਦਾ ਕਿ ਮਾਂ ਗੁਜਰੀ ਜੀ ਵਰਗੀ ਔਰਤ ਨੇ ਦੁਨੀਆਂ 'ਤੇ ਹੋਣੀ, ਉਹਨਾਂ ਨੇ ਦੁਨੀਆਂ ਦਾ ਸਾਰਾ ਸੁੱਖ ਵੀ ਮਾਣਿਆ ਜਦੋਂ ਉਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ, ਸਾਰਾ ਸੁੱਖ ਹੈ। ਅਤੇ ਉਹਨਾਂ ਨੇ ਉਹ ਦੌਰ ਵੀ ਵੇਖਿਆ ਜਦੋਂ ਅਨੰਦਪੁਰ ਛੱਡਿਆ
ਸਰਸਾ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਪਰਿਵਾਰ ਖੇਰੂ ਖੇਰੂ ਹੋਇਆ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ। ਉਹਨਾਂ ਨੇ ਉਹ ਦੌਰ ਵੀ ਵੇਖਿਆ ਜਦੋਂ ਆਪਣੇ ਛੋਟੇ ਪੋਤਰਿਆਂ ਨੂੰ ਨਾਲ ਲੈ ਕੇ ਸਾਧ ਸੰਗਤ ਜੀ ਠੰਡੇ ਬੁਰਜ ਵਿੱਚ ਬੈਠਣਾ ਪਿਆ ਉਹਨਾਂ। ਉਹਨਾਂ ਨੇ ਭੁੱਖ ਵੀ ਝੱਲੀ ਹੈ, ਉਹਨਾਂ ਨੇ ਦੁੱਖ ਵੀ ਝੱਲਿਆ, ਸੁੱਖ ਵੀ ਵੇਖਿਆ, ਪਰ ਕਿਤੇ ਉਸ ਅਕਾਲ ਪੁਰਖ ਨੂੰ ਕੋਈ ਉਲਾਮਾ ਨਹੀਂ ਦਿੱਤਾ ਉਹਨਾਂ ਨੇ। ਇਹ ਹੈ ਹੁਕਮ ਵਿੱਚ ਰਹਿਣਾ, ਰਾਜਾ ਵਿੱਚ ਰਹਿਣਾ। ਅਤੇ ਸਾਧ ਸੰਗਤ ਸਹੀ ਅਰਥਾਂ ਵਿੱਚ ਮੈਂ ਪੜ੍ਹ ਰਿਹਾ ਸਾਂ ਕਿ ਜਦੋਂ ਪਹਿਲੀ ਵਾਰ ਸੰਬੰਧ ਬਣਿਆ ਸੀ ਨਾ ਮਾਤ ਗੁਜਰੀ ਜੀ ਦਾ ਗੁਰੂ ਤੇਗ ਬਹਾਦਰ ਜੀ ਨਾਲ, ਤਕਰੀਬਨ 5-6 ਸਾਲ ਦੀ ਉਮਰ ਸੀ ਮਾਤਾ ਗੁਜਰੀ ਜੀ ਦੀ। ਅਤੇ ਇਹ ਸੰਬੰਧ ਇਵੇਂ ਬਣਿਆ ਸੀ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਪਣੇ ਪੁੱਤਰ ਬਾਬਾ ਸੂਰਜਮਲ ਜੀ ਨੂੰ ਵਿਆਹੁਣ ਗਏ ਸਨ ਕਰਤਾਰਪੁਰ। ਕਰਤਾਰਪੁਰ ਵਿਆਹੁਣ ਆਏ, ਜੋ ਜਲੰਧਰ ਦੇ ਨਜ਼ਦੀਕ ਹੈ, ਇੱਥੇ ਬਰਾਤ ਆਈ ਕਿਉਂਕਿ ਬਾਬਾ ਸੂਰਜਮਲ ਜੀ ਸਹੁਰਾ ਸਾਹਿਬ ਉਹਨਾਂ ਦਾ ਇੱਥੇ ਸਾਰਾ ਪਰਿਵਾਰ ਸੀ ਨਾ, ਬਾਬਾ ਪ੍ਰੇਮ ਚੰਦ ਜੀ ਉਹਨਾਂ ਸਹੁਰਾ ਸਾਹਿਬ ਸਨ। ਅਤੇ ਉਹਨਾਂ ਸਾਰੇ ਰਿਸ਼ਤੇਦਾਰ ਇਕੱਠੇ ਹੋ, ਉਹਨਾਂ ਦੇ ਰਿਸ਼ਤੇਦਾਰਾਂ ਵਿੱਚ ਹੀ ਇੱਕ ਪਰਿਵਾਰ ਸੀ ਜੋ ਉਹਨਾਂ ਮੇਲ ਇਕੱਠਾ ਹੋਇਆ ਬਾਬਾ ਲਾਲ ਚੰਦ ਜੀ ਦਾ। ਉਹਨਾਂ ਦੀ ਪਤਨੀ ਦਾ ਨਾਮ ਹੈ ਬਿਸ਼ਨ ਕੌਰ। ਉੱਥੇ ਮਹਾਰਾਜ ਦੇ 4 ਸਾਹਿਬਜ਼ਾਦੇ ਆ ਬਰਾਤ ਵਿੱਚ ਆਏ, ਬਾਬਾ ਗੁਰਦਿੱਤਾ ਸਭ ਤੋਂ ਵੱਡੇ ਹੈ ਨਾ, ਫਿਰ ਸੂਰਜਮਲ ਜੀ ਦੀ ਤੇ ਬਰਾਤ ਆਈ ਹੈ, 2 ਸਾਹਿਬਜ਼ਾਦੇ ਹੋਰ ਆ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਅਨੀ ਰਾਏ, ਕਿਉਂਕਿ ਬਾਬਾ ਅਟਲ ਰਾਏ ਉਦੋਂ ਕਾਰ ਚਲਾਉਣਾ ਉਹ ਕਰ ਜਾਂਦੇ ਆ ਪਹਿਲਾਂ। ਹੁਣ ਅਨੀ ਰਾਏ ਅਤੇ ਗੁਰੂ ਤੇਗ ਬਹਾਦਰ ਜੀ ਹੈ ਉਹਨਾਂ ਦੀ ਬਾਲ ਅਵਸਥਾ। ਉੱਥੇ ਮਾਤਾ ਬਿਸ਼ਨ ਕੌਰ ਦਾ ਇੱਕ ਉਹਦੀ ਨਿਗਾਹ ਪੈਂਦੀ ਹੈ ਗੁਰੂ ਤੇਗ ਬਹਾਦਰ ਜੀ 'ਤੇ। ਉਹਨਾਂ ਦੇ ਮਨ ਵਿੱਚ ਆਇਆ ਵੀ ਸ਼੍ਰੀ ਹਰਗੋਬਿੰਦ ਜੀ ਦਾ ਇਹ ਛੋਟਾ ਸਪੁੱਤਰ ਕਿੰਨਾ ਤੇਜ਼ ਹੈ ਚਿਹਰੇ 'ਤੇ, ਕਿੰਨੀ ਚਮਕ ਹੈ ਇਹਨਾਂ ਦੇ ਨੇਤਰਾਂ ਵਿੱਚ। ਉਹਨਾਂ ਦੇ ਮਨ ਵਿੱਚ ਆਇਆ, ਆਪਣੇ ਪਤੀ ਕੋਲ ਜਾਂਦੇ ਆ ਲਾਲ ਚੰਦ ਕੋਲ ਅਤੇ ਜਾ ਕੇ ਆਖਿਆ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦੀ ਹੈ। ਗੁਰੂ ਹਰਗੋਬਿੰਦ ਜੀ ਦੇ ਛੋਟੇ ਪੁੱਤਰ, ਤੁਸੀਂ ਪਤਾ ਕਰੋ ਵੀ ਉਹਨਾਂ ਦੀ ਮੰਗਣੀ ਹੋ ਚੁੱਕੀ ਹੈ ਕਿ ਨਹੀਂ ਹੋਈ। ਅਤੇ ਬਾਬਾ ਲਾਲ ਚੰਦ ਪੁੱਛਦੇ ਆ ਵੀ ਕਿਉਂ? ਕਹਿਣ ਲੱਗੀ, ਮੈਂ ਚਾਹੁੰਦੀ ਹਾਂ ਗੁਜਰੀ ਦੇ ਪਿਤਾ ਜੀ ਕਿ ਆਪਾਂ ਆਪਣੀ ਗੁਜਰੀ ਦਾ ਵਿਆਹ ਗੁਰੂ ਹਰਗੋਬਿੰਦ ਜੀ ਦੇ ਇਸ ਪੁੱਤਰ ਦੇ ਨਾਲ ਕਰ ਦੀ। ਉੱਥੇ ਖਿਆਲ ਆਇਆ ਉਹਨਾਂ ਦਾ ਵਿਆਹ ਵਿੱਚ ਹੀ। ਅਤੇ ਬਾਬਾ ਲਾਲ ਚੰਦ ਆਖਦੇ ਆ ਵੀ ਇੱਥੇ ਗੱਲ ਤਾਂ ਬੜੀ ਸੋਹਣੀ ਹੈ, ਜੇ ਕਿਤੇ ਸੰਬੰਧ ਆਪਣਾ ਗੁਰੂ ਨਾਨਕ ਦੇ ਘਰ ਨਾਲ ਬਣ ਜਾਏ ਤਾਂ ਵੱਡੇ ਭਾਗ ਆਪਣੇ ਕੀ ਹੋਣਗੇ। ਸਾਧ ਸੰਗਤ ਫਿਰ ਇਹ ਬੇਨਤੀ ਕੀਤੀ ਜਾਂਦੀ ਹੈ ਮਹਾਰਾਜ ਨੂੰ, ਉੱਥੇ ਬੇਨਤੀ ਕੀਤੀ ਗਈ ਭਾਈ ਗੁਰਦਾਸ ਸਾਹਿਬ ਜੀ ਉਸ ਵਿੱਚ ਸਾਰੀ ਗੱਲਬਾਤ ਕਰਦਾ ਅਤੇ ਇਹ ਵੀ ਮੈਂ ਬੇਨਤੀ ਕਰਾਂ, ਸ਼੍ਰੀ ਹਰਗੋਬਿੰਦ ਜੀ ਨੇ ਆਖਿਆ ਸੀ ਨਹੀਂ ਪਹਿਲਾਂ ਵਿਆਹ ਹੋਏਗਾ ਅਨੀ ਰਾਏ ਦਾ। ਉਹ ਵੱਡੇ ਸਨ ਨਾ, ਵੀ ਪਹਿਲਾਂ ਵਿਆਹ ਅਨੀ ਰਾਏ ਦਾ, ਪਹਿਲਾਂ ਅਨੀ ਰਾਏ ਨੂੰ ਪੁੱਛਿਆ ਜਾਏ ਮੇਰੇ ਪੁੱਤਰ ਨੂੰ, ਨਹੀਂ ਤਾਂ ਉਧਰ ਰਿਸ਼ਤਾ ਕੀਤਾ ਜਾਏਗਾ ਗੁਜਰੀ ਜੀ ਦਾ।
ਬਾਬਾ ਅਣੀ ਰਾਏ ਨੂੰ ਪੁੱਛਿਆ ਗਿਆ ਉਹਨਾਂ ਨੇ, ਕਿਉਂਕਿ ਉਹਨਾਂ ਦਾ ਸੁਭਾਅ ਮਸਤਾਨਾ ਸੀ, ਉਹਨਾਂ ਨੇ ਕਹਿ ਦਿੱਤਾ ਨਹੀਂ ਮੈਂ ਵਿਆਹ ਨਹੀਂ ਕਰਵਾਉਣਾ, ਮੈਂ ਆਪਣੀ ਮਸਤੀ ਵਿੱਚ ਰਹਿਣਾ ਹੈ, ਮੌਜ ਵਿੱਚ ਰਹਿਣਾ ਹੈ। ਉਹਨਾਂ ਇਨਕਾਰ ਕੀਤਾ। ਫਿਰ ਮਹਾਰਾਜ ਉਸੇ ਵਕਤ ਆਦੇਸ਼ ਕਰਦੇ ਆ, ਕਹਿ ਦਿੱਤਾ ਬੁਲਾਓ ਲਾਲ ਚੰਦ ਨੂੰ ਅਤੇ ਬੁਲਾਓ ਮੇਰੇ ਪੁੱਤਰ ਤੇਗ ਬਹਾਦਰ ਨੂੰ, ਇਸੇ ਵਕਤ ਉਹਨਾਂ ਦੀ ਮੰਗਣੀ ਕੀਤੀ ਜਾਏਗੀ। ਭਾਵ ਜਿੱਦਣ ਆਪਣੇ ਪੁੱਤਰ ਨੂੰ ਵਿਆਹੁਣ ਗਏ ਆ ਸੂਰਜਮਾ ਜੀ ਨੂੰ, ਉੱਥੇ ਹੀ ਉਹਨਾਂ ਨੇ ਆਪਣੇ ਛੋਟੇ ਪੁੱਤਰ ਦੀ ਮੰਗਣੀ ਵੀ ਕਰ ਦਿੱਤੀ। ਇਵੇਂ ਸੰਬੰਧ ਜੁੜਦਾ ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਅਤੇ ਸਾਧ ਸੰਗਤ, ਜੇ ਗੁਰੂ ਤੇਗ ਬਹਾਦਰ ਜੀ ਨੇ ਕਮਾਈ ਕੀਤੀ, ਉਹਨਾਂ ਦਾ ਜਪ ਤਾਂ ਪੈਣਾ, ਅਤੇ ਮਾਂ ਗੁਜਰੀ ਦੀ ਕਮਾਈ ਥੋੜ੍ਹੀ ਨਹੀਂ ਹੈ। ਜੇ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ 'ਤੇ ਬੈਠ ਕੇ ਤਪ ਕਰਦੇ ਆ ਭੋਰੇ ਵਿੱਚ, ਅਤੇ ਮਾਂ ਗੁਜਰੀ ਬਾਹਰ ਤਪ ਕਰਦੀ ਹੈ, ਭੋਰੇ ਵਿੱਚ ਗੁਰੂ ਤੇਗ ਬਹਾਦਰ ਬੈਠਾ ਹੁੰਦਾ ਅਤੇ ਬਾਹਰਲੇ ਪਾਸੇ ਮਾਤਾ ਗੁਜਰੀ ਬੰਦਗੀ ਵਿੱਚ ਲੀਨ ਹੁੰਦੀ ਹੈ ਜੀ। ਇਵੇਂ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਪੁੱਤਰ ਉਹਨਾਂ ਦੀ ਕੁੱਖ ਵਿੱਚ ਆਉਂਦਾ। ਕਮਾਈ ਸੀ ਕਈ ਜਨਮਾਂ ਦੀ ਮਾਂ ਗੁਜਰੀ ਦੀ, ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਹੋਣ ਦਾ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ ਅਤੇ ਇਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਕਰਦੇ ਆ ਕਿ ਮੇਰੀ ਮਾਂ ਨੇ ਬੜੀ ਕਮਾਈ ਕੀਤੀ ਹੈ। ਉਹਨਾਂ ਦੇ ਬਚਨ ਨੇ ਕਿ ਤਾਤ ਮਾਤ ਮੁਰ ਅਲੱਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਂ ਤੇ ਪ੍ਰਸੰਨ ਭਈ ਗੁਰਦੇਵਾ। ਮੇਰੇ ਮਾਂ ਬਾਪ ਨੇ ਬੜਾ ਜਪ ਤਪ ਕੀਤਾ ਤਾਂ ਜਾ ਕੇ ਰੱਬ ਖੁਸ਼ ਹੋਇਆ ਅਤੇ ਉਹਨੇ ਮੈਨੂੰ ਉਹਨਾਂ ਦੇ ਘਰ ਭੇਜ ਦਿੱਤਾ ਹੈ। ਜ਼ਿਕਰ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮ ਕਥਾ ਵਿੱਚ, ਭਾਵ ਕਿ ਮਾਂ ਗੁਜਰੀ ਵਰਗੀ ਪਤਨੀ ਵੀ ਨਹੀਂ, ਮਾਂ ਗੁਜਰੀ ਵਰਗੀ ਮਾਂ ਵੀ ਨਹੀਂ, ਅਤੇ ਮਾਂ ਗੁਜਰੀ ਵਰਗੀ ਦਾਦੀ ਵੀ ਨਹੀਂ ਕੋਈ ਹੋ ਸਕਦੀ। ਸਾਧ ਸੰਗਤ, ਜਿਹਨੇ ਦੋਵਾਂ ਆਪਣੇ ਪੁੱਤਰਿਆਂ ਪੋਤਰਿਆਂ ਨੂੰ ਆਖਿਆ ਡੋਲ ਨਾ ਜਾਇਓ, ਘਬਰਾ ਨਾ ਜਾਇਓ, ਹਕੂਮਤ ਬਹੁਤ ਕੁਝ ਕਰੇਗੀ, ਅਤੇ ਮੈਂ ਸੋਚਦਾ ਦਾਦੀ ਦੀ ਕਮਾਈ ਸੀ ਅਤੇ ਪੋਤਿਆਂ ਨੂੰ ਡੋਲਣ ਨਹੀਂ ਸੀ ਦਿੱਤਾ ਉਹਨੇ, ਦਾਦੀ ਦੀ ਕਮਾਈ ਸੀ ਅਤੇ ਪੋਤਿਆਂ ਨੂੰ ਡੋਲਣ ਨਹੀਂ ਦਿੱਤਾ, ਆਪਣੀ ਬੁੱਕ ਦਾ ਨਿੱਘ ਦਿੱਤਾ ਅਤੇ ਕਹਿ ਦਿੱਤਾ ਤੁਹਾਡਾ ਦਾਦਾ ਦੂਜਿਆਂ ਦੇ ਧਰਮ ਲਈ ਸੀਸ ਲੇਖੇ ਲਾ ਗਿਆ ਅਤੇ ਤੁਸੀਂ ਉਸ ਗੁਰੂ ਤੇਗ ਬਹਾਦਰ ਦੇ ਪੋਤੇ ਹੋ, ਕਿਤੇ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾ ਦਿਆ ਜੀ। ਐਸੀ ਦਾਦੀ ਹੈ ਮਾਂ ਗੁਜਰੀ। ਭਾਵ ਉਹਨਾਂ ਨੇ ਦੁਨੀਆ ਦੇ ਸੁੱਖ ਵੀ ਵੇਖੇ ਆ ਅਤੇ ਦੁੱਖ ਵੀ ਵੇਖੇ ਆ, ਪਰ ਉਸ ਹੁਕਮ ਵਿੱਚ ਬਤੀਤ ਕੀਤਾ ਹਰ ਸਮਾਂ। ਜਿਸ ਹੁਕਮ ਵਿੱਚ ਰਹਿ ਕੇ ਮਹਾਰਾਜ ਕਹਿੰਦੇ ਆ ਹੁਕਮ ਬੂਝ ਰੰਗ ਰਸਮਾਣੇ ਸਤਿਗੁਰ ਸੇਵਾ ਮਹਾਨਿਰਬਾਣੇ, ਉਸੇ ਹੁਕਮ ਵਿੱਚ ਰਹਿਣ ਵਾਲੇ ਸਤਿਗੁਰੂ ਦੀ ਸੇਵਾ ਕਰਨ ਵਾਲੇ ਸਾਰੀਆਂ ਇੱਛਾਵਾਂ ਤੋਂ ਸਾਰੇ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਆ। ਅਗਲਾ ਬਚਨ ਮਹਾਰਾਜ ਕਹਿਣ ਲੱਗੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ। ਚਾਹੇ ਉਹ ਉਦਾਸੀ ਹੈ, ਭਾਵ ਪਰਿਵਾਰ ਸੰਸਾਰ ਛੱਡੀ ਬੈਠਾ, ਚਾਹੇ ਉਹ ਗ੍ਰਸਥੀ ਹੈ, ਜੇ ਸਤਿਗੁਰੂ ਜੀ ਉਹਨੇ ਤੁਹਾਡਾ ਹੁਕਮ ਜਾਣ ਲਿਆ, ਤੁਹਾਡੇ ਹੁਕਮ ਨੂੰ ਪਹਿਚਾਣ ਲਿਆ, ਤਾਂ ਸਮਝ ਲਓ ਉਹ ਪਰਵਾਨ ਹੈ। ਉਹ ਚਾਹੇ ਉਦਾਸੀ ਹੋਵੇ, ਚਾਹੇ ਗ੍ਰਸਥੀ ਹੋਵੇ, ਨਾਮ ਰਤਾ ਸੋਈ ਨਿਰਵਾਣ,
ਜਿਹੜਾ ਤੁਹਾਡੇ ਨਾਮ ਵਿੱਚ ਰਤਿਆ ਗਿਆ ਉਹੀ ਵਿਕਾਰਾਂ ਤੋਂ ਮੁਕਤ ਹੈ। ਅਤੇ ਅਖੀਰ 'ਤੇ ਕਹਿੰਦੇ ਆ, ਜਾ ਕੋ ਮਿਲਿਓ ਨਾਮ ਨਿਧਾਨਾ, ਜਿਹਨੂੰ ਸਤਿਗੁਰੂ ਜੀ ਤੁਹਾਡੇ ਨਾਮ ਦਾ ਖਜ਼ਾਨਾ ਮਿਲ ਗਿਆ। ਭਣਤ ਨਾਨਕ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਖਦੇ ਆ, ਤਾਕਾ ਪੂਰ ਖਜ਼ਾਨਾ, ਜਿਹਦੇ ਕੋਲ ਨਾਮ ਦਾ ਖਜ਼ਾਨਾ ਹੈ ਉਹਦੇ ਅੰਦਰ ਦੇ ਆਤਮਿਕ ਆਨੰਦ ਦੇ ਖਜ਼ਾਨੇ ਕਦੀ ਘਟਦੇ ਨਹੀਂ, ਆਤਮਿਕ ਆਨੰਦ ਦੇ ਖਜ਼ਾਨੇ ਹਮੇਸ਼ਾ ਭਰੇ ਰਹਿੰਦੇ ਆ। ਕਦੀ ਨਾ ਤੋਟਾ ਆਉਂਦਾ, ਨਾ ਕਦੀ ਕੋਈ ਕਮੀ ਆਉਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਦੇ ਅੰਮ੍ਰਿਤ ਬਚਨ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰੂ ਜੀ ਅੰਗ ਸੰਗ ਸਹਾਈ ਸਾਡੇ ਹੋਣ ਅਤੇ ਸਾਨੂੰ ਨਾਮ ਦੀ ਅਤੇ ਆਪਣਾ ਹੁਕਮ ਮੰਨਣ ਦੀ ਮਹਾਰਾਜ ਜਾਚ ਬਖਸ਼ਿਸ਼ ਕਰਨ। ਆਓ, ਹਰ ਰੋਜ਼ ਦੀ ਤਰ੍ਹਾਂ ਆਪਾਂ ਥੋੜ੍ਹਾ ਜਿਹਾ ਸਮਾਂ ਨਾਮ ਨਾਲ ਜੁੜਨਾ। ਸਾਰੇ ਕਿਰਪਾ ਕਰਿਆ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।